ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦਾਸ ਭਾਈ ਜਸਵਿੰਦਰ ਸਿੰਘ ਜੀ ਪੁੱਛਾਂ, ਅੱਜ ਅਸੀਂ ਸਬਦਰਪੁਰ ਪਿੰਡ ਵਿਖੇ ਪਹੁੰਚੇ ਹਾਂ, ਗੁਰੂ ਨਾਨਕ ਵੈਲਫੇਅਰ ਸੁਸਾਇਟੀ ਦੇ ਸਮੂਹ ਸੇਵਾਦਾਰ ਸਬਦਰਪੁਰ ਪਿੰਡ ਵਿਖੇ ਪਹੁੰਚੇ ਹਾਂ ਜੀ। ਜੈ ਸ਼ੰਕਰ ਸੇਵਾ ਦਲ ਦੇ ਵੀ ਸਾਡੇ ਨਾਲ ਸੇਵਾਦਾਰ ਖੜ੍ਹੇ ਹੋਏ ਨੇ, ਮੌਜੂਦ ਨੇ ਜੀ। ਇਹਨਾਂ ਦੇ ਨਗਰ ਦਾ ਇੱਕ ਵੀਰ ਹੈ ਸਾਡਾ ਵੇਦ ਪ੍ਰਕਾਸ਼ ਜੀ, ਜਿਨ੍ਹਾਂ ਦੇ ਹਾਰਟ ਵਿੱਚ ਪ੍ਰੋਬਲਮ ਹੈ, ਜਿਨ੍ਹਾਂ ਦੀਆਂ 4 ਬੇਟੀਆਂ ਨੇ ਅਤੇ 2 ਉਹਨਾਂ ਦੇ ਮਾਤਾ ਪਿਤਾ ਜੀ ਅਤੇ 2 ਆਪ ਜੀ, 8 ਜੀ ਨੇ। ਅਤੇ ਆਮਦਨ ਦਾ ਉਹਨਾਂ ਨੂੰ ਕੋਈ ਸਾਧਨ ਨਹੀਂ, ਇੱਕ ਵੈਲਡਿੰਗ ਦੁਕਾਨ 'ਤੇ ਕੰਮ ਕਰਦੇ ਨੇ, 5-6 ਹਜ਼ਾਰ ਉੱਥੋਂ ਮਿਲਦਾ ਉਹਨਾਂ ਨੂੰ। ਅਤੇ ਵੇਦ ਪ੍ਰਕਾਸ਼ ਜੀ ਦੇ ਹਾਰਟ ਵਿੱਚ ਪ੍ਰੋਬਲਮ ਆ ਗਈ ਹੈ, ਅਤੇ ਹਾਰਟ ਦੇ ਵਿੱਚ ਡਾਕਟਰਾਂ ਨੇ ਕਿਹਾ ਪੇਸਮੇਕਰ ਪੈਣਾ, ਅਤੇ ਫੇਫੜਿਆਂ 'ਚ ਵੀ ਬਹੁਤ ਬਲਗਮ ਰੇਸ਼ਾ ਜੰਮਿਆ ਹੋਇਆ, ਉਹ ਵੀ ਕਹਿੰਦੇ ਅਸੀਂ ਸਾਫ਼ ਕਰਨਾ। ਜਿਹਦਾ ਟੋਟਲ ਖਰਚਾ PGI ਵਿੱਚ ਜਾ ਕੇ ਇਹਨਾਂ ਨੇ ਸਾਰਾ ਖਰਚਾ ਪੁੱਛਿਆ, PGI ਦਾਖਲ ਕਰਵਾਇਆ, ਅਤੇ 1.5 ਲੱਖ ਰੁਪਈਆ ਡਾਕਟਰਾਂ ਨੇ ਖਰਚਾ ਦੱਸਿਆ ਸਾਰਾ, ਕਿ 1.5 ਲੱਖ ਰੁਪਇਆ ਖਰਚਾ ਆਉਣਾ। ਅਤੇ ਜੈ ਸ਼ੰਕਰ ਸੇਵਾ ਦਲ ਦੇ ਜਿਹੜੇ ਸਾਡੇ ਨਾਲ ਮੈਂਬਰ ਖੜ੍ਹੇ ਨੇ, ਇਹ ਵੀ ਸੇਵਾ ਕਰ ਰਹੇ ਨੇ। ਗੁਰੂ ਨਾਨਕ ਵੈਲਫੇਅਰ ਸੁਸਾਇਟੀ ਪਿੰਡ ਪੁੱਛਾਂ ਵੱਲੋਂ ਅਸੀਂ 10,000 ਰੁਪਇਆ ਇਹਨਾਂ ਜੈ ਸ਼ੰਕਰ ਸੇਵਾ ਦਲ ਵਾਲਿਆਂ ਨੂੰ ਦੇ ਕੇ ਜਾ ਰਹੇ ਹਾਂ ਜੀ, ਕਿਉਂਕਿ ਸਾਰੇ ਪੈਸੇ ਇਕੱਠੇ ਕਰ ਰਹੇ ਨੇ 1.5 ਲੱਖ ਰੁਪਇਆ ਇਕੱਠਾ ਕਰਕੇ, ਅਤੇ ਕੱਲ੍ਹ ਸ਼ਾਮ ਤੱਕ ਅਸੀਂ PGI ਚੰਡੀਗੜ੍ਹ ਪਹੁੰਚਾਉਣਾ ਤਾਂ ਜੋ ਵੇਦ ਪ੍ਰਕਾਸ਼ ਜੀ ਦਾ ਇਲਾਜ ਹੋ ਸਕੇ। ਬਹੁਤ ਬਹੁਤ ਧੰਨਵਾਦ NRI ਵੀਰਾਂ ਦਾ, ਜੈ ਸ਼ੰਕਰ ਸੇਵਾ ਦਲ ਵਾਲਿਆਂ ਦਾ, ਸਮੂਹ ਸੇਵਾਦਾਰਾਂ ਦਾ ਬਹੁਤ ਬਹੁਤ ਧੰਨਵਾਦ। ਗੁਰੂ ਨਾਨਕ ਸਾਹਿਬ ਇਸ ਤਰ੍ਹਾਂ ਹੀ ਸਿਰ 'ਤੇ ਹੱਥ ਰੱਖ ਕੇ ਸੇਵਾ ਲੈਂਦੇ ਰਹਿਣ ਜੀ। ਬਹੁਤ ਬਹੁਤ ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।